ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਵਲੌਗ ਵਿੱਚ। ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ। ਲਓ ਜੀ, ਅੱਜ ਤਰੀਕ ਹੋ ਗਈ 11 ਜੂਨ 2024, ਟਾਈਮ ਬਾਈ ਹੋ ਗਿਆ 2:30 ਬਾਈ। ਲੇਟ ਮਸ਼ੀਨ ਚੱਲਣ ਦਾ ਕਾਰਨ ਵੀ ਅੱਜ ਤੁਹਾਨੂੰ ਦੱਸਦੇ ਹਾਂ ਦੁਬਾਰੇ ਫੇਰ। ਰਾਤ ਬਾਈ 12 ਵਜੇ ਪੈ ਗਿਆ ਮੀਂਹ, ਮੀਂਹ ਵੀ ਪੈ ਗਿਆ ਸੋਹਣਾ ਮੀਂਹ, ਅਤੇ ਹਨੇਰੀ ਬਹੁਤ ਚੱਲੀ ਰਾਤ। ਅਤੇ ਕੱਲ੍ਹ ਫਿਰ ਆਪਾਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਆ ਗਏ ਸੀਗੇ, ਲਾਣੇਦਾਰ ਉਹ ਨਹੀਂ ਆਏ ਹਾਂ ਅਤੇ ਡਰਾਈਵਰ ਲਾਡੀ 9:30 ਵੱਢ ਕੇ ਆਏ ਹਾਂ। ਇਹ ਜਿਹੜਾ ਰਹਿ ਗਿਆ ਸੀ ਉਹ ਨਿਬੇੜ ਕੇ ਆਏ ਹਾਂ ਉੱਧਰ। ਅੱਜ ਫਿਰ ਆ 8 ਕਿੱਲੇ ਵੱਢ ਕੇ ਫਿਰ ਮਸ਼ੀਨ ਉੱਥੇ ਜਾਣੇ ਜਿੱਥੇ ਕੱਲ੍ਹ ਚੱਲੀ ਸੀ ਸ਼ਾਮ ਨੂੰ। ਟਾਈਮ 2:30 ਉੱਥੇ ਵੱਢ ਹੋਵੇ ਬਾਈ, ਅੱਧੇ ਵੱਢ ਹੋ ਗਏ, ਅੱਧੇ ਰਹਿ ਗਏ, 4 ਕਿੱਲੇ ਵੱਢ ਹੋ ਗਏ, 4 ਰਹਿ ਗਏ। 4 ਵੱਢ ਕੇ ਫਿਰ ਆਪਾਂ ਜਾਵਾਂਗੇ ਉੱਧਰ, ਉੱਧਰ ਹੈ ਤਾਂ 4 ਕਿੱਲੇ, ਬਾਕੀ ਦੇਖਦੇ ਹਾਂ ਕਿਆ ਬਣਦਾ ਬਾਈ। ਉਹੀ ਬਸ ਕੱਲ੍ਹ 12:30 ਵੱਢ ਹੋਏ ਹਾਂ, 12, 12:30, 11 ਇੰਨੇ ਕੁ ਕਿੱਲੇ ਵੱਢ ਹੁੰਦੇ ਆ। 2 ਵਜੇ ਅੱਜ ਵੀ 1:30 ਮਸ਼ੀਨ ਚੱਲੀ ਆ ਸਹੀ। ਹੁਣ ਇਹ ਕਹਿੰਦੇ ਵੀ ਮੀਂਹ ਇੱਕਣੇ ਦੱਸਿਆ ਵਾ ਕਈ ਦਿਨ ਦਾ, ਰਾਤ ਨੂੰ ਮੀਂਹ, ਦਿਨ 'ਚ ਮੌਸਮ ਸਾਫ ਬਾਈ। ਆਪਾਂ ਨੇ ਹੁਣ ਤੱਕ ਵੱਢੇ ਨੇ ਜਿੱਦਣ ਦੇ ਆਪਾਂ ਆਏ ਹਾਂ ਸਿੱਧਾ ਜਿਹਾ ਸਾਫ ਆ, 52 ਕਿੱਲੇ ਵੱਢੇ ਹਾਂ ਅੱਜ ਵਾਲੇ ਛੱਡ ਕੇ। 8:60 ਅਤੇ 4 64 ਕਿੱਲੇ ਆਪਾਂ ਚਲਾਈ ਆ ਮਸ਼ੀਨ, 6 ਤਰੀਕ ਨੂੰ ਚਲਾਈ ਹੈ ਸ਼ਾਇਦ, ਮੈਨੂੰ ਲੱਗਦਾ 5 ਨੂੰ, ਪਤਾ ਨਹੀਂ 6 ਨੂੰ ਚਲਾਈ ਹੈ ਅਤੇ 11 ਹੋ ਗਈ। ਚਲੋ 5 ਨੂੰ ਲਾਉਣਾ, 5, 6, 7, 8, 9, 10, 11 7 ਦਿਨ ਜਾਂ ਉਹੀ 10 ਕੁ ਦੀ ਐਵਰੇਜ ਪੈ ਰਹੀ ਆ, 10 ਕਿੱਲਿਆਂ ਦੀ ਐਵਰੇਜ ਡੇਲੀ। ਪਹਿਲੇ ਦਿਨ ਤਾਂ ਆਪਾਂ ਵੱਢੇ ਹਾਂ ਬਾਈ 4-5 ਕਿੱਲੇ ਵੱਢੇ ਹਾਂ ਪਹਿਲੇ ਦਿਨ, ਉਹਦੇ ਬਾਅਦ ਵੱਢੇ 9 ਫਿਰ 11 ਫਿਰ ਇੱਕ ਦਿਨ 11 ਫਿਰ ਮੈਨੂੰ ਲੱਗਦਾ ਸ਼ਾਇਦ 11-12 ਐਂ ਵੱਢਦੇ ਹਾਂ। ਅੱਜ ਵੀ 12:08 ਹੋ ਗਏ, 4-12 ਜੇ ਹੋਰ ਉੱਥੇ ਮਿਲ ਗਿਆ ਤਾਂ ਠੀਕ ਆ, ਨਹੀਂ ਫਿਰ ਰੱਬ ਰਾਖਾ। ਲਓ ਜੀ ਆਪਾਂ 7.25 ਕਿੱਲੇ ਹੋਏ ਹਾਂ, ਇਹ ਮਿਲੇ ਸੀਗੇ ਇੱਥੇ। ਮਸ਼ੀਨ ਤਾਂ ਬਹੁਤ ਵਧੀਆ ਚੱਲੀ, ਆਖਰੀ ਖੇਤ 'ਚ ਆ ਕੇ ਬਾਈ ਵਿੱਚ ਨੂੰ ਕੰਡਾ ਤਾਰ ਗਿਰੀ ਵੀ ਸੀ, ਉਹ ਚੜ ਗਈ ਵਿੱਚ। ਚਲੋ ਅੱਧਾ ਕੁ ਘੰਟਾ ਲੱਗ ਗਿਆ ਕੱਢਣ ਨੂੰ, ਫੀਡਰ ਤੱਕ ਅੰਦਰ ਤੱਕ ਚਲੇ ਗਈ ਜੀ, ਸ਼ਾਫਟ ਤੱਕ ਕੱਟ ਕੱਟ ਕੇ ਕੱਢੀ ਆ ਉਹ। ਅਤੇ ਬਾਕੀ ਹੁਣ ਇੱਧਰ ਚੱਲੇ ਹਾਂ ਬਾਈ, ਚੱਲਿਆ ਲੈ ਕੇ ਕਹਿੰਦਾ ਵੀ 24 ਕਿੱਲੇ ਹਾਂ ਜਿੰਨੇ ਅੱਜ ਵੱਢਣਗੇ ਅੱਜ। ਟਾਈਮ ਬਾਈ ਮੈਨੂੰ ਲੱਗਦਾ ਹੋ ਗਿਆ ਹੋਊ 5:30, 5:30 ਹੋ ਗਏ, 5:30 'ਤੇ ਦੇਖ ਰਹੇ ਜਿੰਨੇ ਵੀ ਵੱਢ ਹੋ ਜਾਣਗੇ, ਮਸ਼ੀਨ ਲਿਆਵਾਂਗੇ ਇੱਥੇ ਟਿਕਾਣੇ 'ਤੇ। ਰਾਤ ਨੂੰ ਬਾਈ ਮੀਂਹ ਫੇਰ ਦੱਸਿਆ ਵਾ, ਇਹ ਕਹਿੰਦੇ ਵੀ 3-4 ਦਿਨ ਮੀਂਹ ਇੱਕਣੇ, 16-17 ਨੂੰ ਪੂਰਾ ਮੀਂਹ ਹੈ। ਅੱਜ ਹੋ ਗਈ 11, 4-5 ਦਿਨ ਆਪਣੇ ਕੋਲ, ਉਦੋਂ ਬਾਅਦ ਮਸ਼ੀਨਾਂ ਚੱਲਦੀਆਂ, ਔਖਾ ਹੋਜੂ ਕੰਮ। ਉੱਧਰ ਲੈ ਕੇ ਜਾਣੀ ਆ ਰੋਡ ਦੇ ਪਰਲੇ ਪਾਸੇ ਸੂਏ ਦੇ, ਇਹਨੂੰ ਸੂਆ ਨਹਿਰ ਕਹਿੰਦੇ ਆ ਇਹ, ਉੱਧਰ ਬਾਈ ਸਪਰੇਅ ਕਰੀ ਵੀ ਆ, ਦੇਖਦੇ ਹਾਂ ਕਿੱਥੇ ਕਹਿੰਦਾ
ਤਾਂ ਨਾਲ ਹੀ ਕਹਿੰਦਾ ਵੀ ਸ਼ਾਇਦ ਆਈ ਨਾ ਹੁਣ, ਬਾਕੀ ਦੇਖ ਰਹੇ ਹਾਂ ਕਿੱਥੇ ਲੈ ਕੇ ਜਾਂਦਾ। ਲਓ ਜੀ, ਜਿਹੜੇ ਆਪਾਂ 24 ਕਿੱਲਿਆਂ ਦੀ ਗੱਲ ਕਰਦੇ ਸੀ ਉਹਨਾਂ 'ਚੋਂ 7-8 ਬਣਾਏ ਉਹਨਾਂ ਨੇ, ਬਾਕੀ ਕਹਿੰਦੇ ਵੀ ਸਵੇਰੇ ਆਉਣਾ ਵੀ ਸਵੇਰੇ ਬਣਾਵਾਂਗੇ। ਬਹੁਤ ਆ, ਟਰਾਲੀ ਭਰ ਗਈ ਉਹਨਾਂ ਦੀ ਬਿਨਾਂ ਬਿੱਡ ਤੋਂ, ਕਹਿੰਦੇ ਵੀ ਹੁਣ ਸਵੇਰੇ ਆਵਾਂਗੇ, ਹੁਣ ਕਿੱਥੇ ਅਸੀਂ ਗੇੜਾ ਲਾਉਂਗੇ, ਦਾਰੂ ਪੀਤੀ ਪੀਤੀ ਬਾਈ ਉਹਨਾਂ ਨੇ। ਆਪਾਂ ਕਿਹਾ ਬਾਈ ਠੀਕ ਆ, ਜਿਵੇਂ ਤੁਸੀਂ ਕਹੋਗੇ ਉਵੇਂ। ਅੱਜ ਬਾਈ ਵਲੌਗ ਬਣਿਆ ਛੋਟਾ ਜਿਹਾ ਜੀ, ਜਿੰਨਾ ਕੁ ਬਣਿਆ ਉਨਾ ਕੁ ਕਬੂਲ ਕਰਿਓ। ਮੈਂ ਵਲੌਗ ਦਾ ਬਣ ਜਾਣਾ ਜੀ, ਮੈਂ ਬਾਈ ਯਾਰ ਦੁੱਧ ਮੁੱਕਿਆ ਵਧੀਆ ਆਪਣਾ ਸੁੱਕਾ, ਮੈਂ ਉਹ ਲੈਣ ਚਲੇ ਗਿਆ, ਉਹਨੇ ਨੂੰ ਆਉਂਦੇ ਹਨੇਰਾ ਹੋ ਗਿਆ, ਉਹਨੇ ਨੂੰ ਜਾਨੋਂ ਮੈਂ ਮਸ਼ੀਨ ਕੋਲ ਪਹੁੰਚਿਆ, ਉਹ ਕਹਿੰਦੀ ਵੀ ਬਸ ਆਹੀ ਖੇਤ ਵਢਾਉਣਾ ਵੀ ਬਾਕੀ ਸਵੇਰੇ ਵਢਾਵਾਂਗੇ। ਅਤੇ ਬਾਕੀ ਧੰਨਵਾਦ ਬਾਈ ਸਾਰਿਆਂ ਦਾ, ਤੁਸੀਂ ਬਹੁਤ ਪਿਆਰ ਦੇ ਰਹੇ ਹੋ, ਅਤੇ ਰੱਬ ਤੁਹਾਡਾ ਭਲਾ ਕਰੇ ਸਾਰਿਆਂ ਦਾ। ਅੱਜ ਦਾ ਵਲੌਗ ਇੱਥੇ ਹੀ ਕਰਦੇ ਹਾਂ ਸਮਾਪਤ, ਧੰਨਵਾਦ।